ਗਾਇਜ਼, ਹੈਪੀ ਹਾਲੋਵੀਨ। ਆਈ ਲਵ ਰੇਂਜ ਰੋਵਰ। ਮਾਈ ਨੇਮ ਇਜ਼ ਨਿਸ਼ਾਂਤ ਗਰੋਵਰ। ਕਿੱਦਾਂ ਸਾਰੇ ਕੈਮ ਹੋ? ਸੋ ਵੀ ਹਮਨੇ ਸੋਚਾ ਕਹੀਂ ਚਲਤੇ ਹੈ ਪਾਰਟੀ ਕਰਨੇ। ਪਾਰਟੀ ਵੈਸੇ ਘਰ ਪੇ ਕਰ ਲਈ ਥੀ, ਪਰ ਹਮਨੇ ਸੋਚਾ ਬਾਹਰ ਵੀ ਜਾ ਕੇ ਹੈਲੋ ਹਾਈ ਕਰਨੀ ਚਾਹੀਏ ਦੁਨੀਆ ਕੋ। ਮਾਈ ਗੋਡ, ਲਵਲੀ ਲਾਈਟਸ ਯਾਰ, ਨਾਈਸ ਯਾਰ। ਲੈਟਸ ਗੋ ਹੈਵ ਸਮ ਫਨ। ਓ ਮਾਈ ਗੋਡ, ਮੇਰੇ ਕੋ ਫਲੈਸ਼ ਕੀ ਜ਼ਰੂਰਤ ਨਹੀਂ ਪੜ ਰਹੀ, ਇਹੀ ਕਾਫੀ ਹੈ, ਪਰ ਚਲਤੇ ਹਾਂ ਅਭੀ। I love this mask, yeah. Oh my god, skeleton, bhoot pret ki jai. Guys, 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 favorite jagah apni momos wali. Bhai bahut zyada bhook lag rahi thi. ਔਰ ਹਮ ਦੋਨੋਂ ਆ ਗਏ ਫਟਾਫਟ, ਤੋ ਵੀ ਮੋਮੋਸ ਫਰਾਈ ਖਾਏ ਹੈ ਅਭੀ, ਫਿਰ ਮੈਂ ਹਮ ਇਹ ਖਾ ਰਹੇ ਹੈ ਔਰ ਦੋ ਪੈਕ ਕਰਾ ਲਈਏ, ਕਿਉਂਕਿ ਬਹੁਤ ਟਾਈਮ ਕੇ ਬਾਅਦ ਇਹ ਚੀਜ਼ ਮਿਲੀ ਹਮੇ ਖਾਣੇ ਕੇ ਲੀਏ, ਨਹੀਂ ਤੋ ਮਿਲਤੀ ਨਹੀਂ ਹੈ। ਹਾਂਜੀ, ਹੈਪੀ ਹਾਲੋਵੀਨ ਸਭ ਕੋ ਵੈਸੇ ਵੀ। ਔਰ ਇਹ ਮਾਸਕ ਅੱਛਾ ਯਾਰ ਵੈਸੇ, ਸੋਰੀ। ਕੌਣ ਹੈ ਇਹ ਲੋਕ? ਮੈਂ ਗਾਣਾ ਲਗਾ ਦੂੰਗਾ ਸਾਥ ਮੇਂ। ਓਹ, ਮੇਰਾ ਮਾਸਕ ਪਹਿਨੇ, ਮੈਨੇ ਇਸਕਾ ਮਾਸਕ ਪਹਿਨੇ ਥੇ। ਯਾਰ ਐਸੇ ਕਹਤੇ ਅੱਛਾ ਨਹੀਂ ਹੋਤਾ ਕਿ ਦੂਸਰੇ ਕਾ ਪਹਿਨਨੇ ਕੇ ਲੀਏ, ਪਰ ਹਮਨੇ ਇੱਕ ਦੂਸਰੇ ਕੇ ਮਾਸਕ ਪਹਿਨਨੇ ਹੈ। ਯੇ ਦੇਖੋ ਅੱਛਾ ਲੱਗ ਰਿਹਾ ਨਾ, ਮਾਸਕ ਕਰਕੇ ਪਹਿਨਤੇ ਹੈ। ਹੈਪੀ ਹਾਲੋਵੀਨ। ਸੋ ਗਾਇਜ਼, ਅਭੀ ਖਾਤੇ ਹੈ, ਬਹੁਤ ਜ਼ਿਆਦਾ ਭੂਖ ਲੱਗ ਰਹੀ ਹੈ, ਇਹ ਦੇਖੋ ਕੈਸੇ ਖਾ ਰਹੇ ਹੈ। ਤੋ ਬਈ ਪਿੱਛੇ ਪਾਰਕ ਹੈ, ਪਾਰਕ ਹੈ, ਹਮ ਤੋ ਪੰਜਾਬੀ ਮੇਂ ਪਾਰਕ ਕਹਤੇ ਹੈ, ਵੈਸੇ ਕਹਤੇ ਲੋਗ ਪਾਰਕ। ਕਹਾਂ ਬੇ, ਹਮਨੇ ਨਕਲੀ ਪ੍ਰੀ ਪ੍ਰੀ ਪ੍ਰਾਗ ਦੇਖਾ, ਮੋਮੋਸ ਖਾਤੇ ਬਾਤ ਬਾਤ ਕਰਤੇ ਹੈ ਯਾਰ। ਲੈਟਸ ਅ ਫਨ ਬਿਗੇਨ ਆਫ ਹਾਲੋਵੀਨ ਵਿਦ ਨੋ ਹਾਲੋਵੀਨ ਕੰਟਰੋਲ ਕੰਟਰੋਲ। ਕਿਹੜੀ ਮਾਰ ਲੋ ਏ ਯਾ ਬੇਬੀ, ਹੈਪੀ ਹਾਲੋਵੀਨ ਮੈਸ, ਹੈਪੀ ਹਾਲੋਵੀਨ। ਓ ਮਾਈ ਗੋਡ, ਬਿਊਟੀਫੁਲ ਆਊਟ ਯਾਰ। ਜਬ ਵੀ ਕੋਈ ਅੱਛੀ ਚੀਜ਼ ਦੇਖਣਾ, ਜ਼ਰੂਰ ਦੇਖਣੀ ਚਾਹੀਏ, ਉਸਕੀ ਨਿੰਦਾ ਕਰਨੀ ਚਾਹੀਏ, ਔਰ ਕਿਆ ਕਰਨੀ ਚਾਹੀਏ, ਹਿੰਦੀ ਕਾ ਵਰਡ ਮੈਂ ਭੁੱਲ ਗਿਆ। ਨਿੰਦਾ ਮੀਨਸ ਕੀ? ਬੁਰਾਈ। ਹਿੰਦੀ ਜ਼ਿਆਦਾ ਪਤਾ ਨਹੀਂ ਮੇਰੇ ਕੋ, ਆਈ ਨੋ ਓਨਲੀ ਇੰਗਲਿਸ਼, ਵੀ ਟਾਕ ਇਨ ਦੀ ਓਨਲੀ ਇਨ ਵਰਕ ਇਨ ਓਨਲੀ ਇੰਗਲਿਸ਼। ਓਕੇ, ਹੈਪੀ ਬਰਥਡੇ ਟੂ ਮੀ ਟੂ ਮੀ ਟੂ ਮੀ ਟੂ ਮੀ ਟੂ ਮੀ। ਐਸੀ ਮਸਤੀ ਮੋਲ ਚਲਤੀ ਹੈ ਔਰ ਕੁਛ ਨਹੀਂ, ਲੈਟਸ ਗੋ, ਆਪ ਕਹੀਂ ਔਰ ਘੁੰਮਤੇ ਹੈ, ਨਹੀਂ ਤੋ ਕਹੀਂ ਔਰ ਚੀਜ਼ ਦਿਖਾਏਂਗੇ ਆਪਕੋ, ਕਿਆ ਕਰਨਾ ਹੈ ਕਿਆ ਨਹੀਂ। ਲਵਲੀ ਪੀਪਲ, ਆਈ ਐਮ ਰੈਡੀ ਟੂ ਰੋਕ ਐਂਡ ਰੋਲ, ਦਿਸ ਇਜ਼ ਪਿੰਕ ਸ਼ਰਟ ਆਈ ਐਮ ਵੇਅਰਿੰਗ। ਵੀ ਚਲਤੇ ਹੈ, ਕਹਾਂ ਜਾਣਾ ਆਪਕੋ ਰਾਸਤੇ ਮੈਂ ਬਤਾਤਾ ਹੂੰ, ਲੈਟਸ ਗੋ। ਆਈ ਐਮ ਸਿਟਿੰਗ ਇਨ ਮਾਈ ਬ੍ਰਦਰਸ ਕਾਰ, ਬਹੁਤ ਦਿਨੋਂ ਕੇ ਬਾਅਦ ਹਮ ਮਿਲੇ ਹੈ, ਭਾਈ ਆਇਆ ਕੈਨੇਡਾ ਸੇ। ਹਾਂਜੀ, ਹੈਲੋ ਮਹਾਰਾਜ। ਸੋ ਗਾਈਜ਼, ਮੈਂ ਕਿਹਾ ਗੱਲਾਂ ਬਾਤਾਂ ਕਰਦੇ ਹਾਂ, ਪਹਿਲੇ ਬੈਠੇ ਸੀ ਆਰਾਮ ਨਾਲ, ਫਿਰ ਆਪਾਂ ਖਾਇਆ ਪੀਆ, ਹਾਲੇ ਕੁਛ ਨਹੀਂ ਹੈਗਾ, ਹਾਲੇ ਸੋਚਿਆ ਹੀ ਹੈ, ਪਲੈਨ ਬਣਾਇਆ ਹੀ ਹੈ, ਅਭੀ ਆਏ ਹੂੰ ਆਪਕੋ ਜੈਸੇ ਬਤਾਇਆ ਮੈਨੇ ਇੱਧਰ ਲੈ ਲਿਆ। ਅਤੇ ਹੋਰ ਸੁਣਾ ਕਿੱਦਾਂ ਫਿਰ? ਬਹੁਤ ਵਧੀਆ ਭਾਈ, ਬਹੁਤ ਵਧੀਆ, ਠੀਕ ਠਾਕ ਮੇਰਾ ਭਰਾ। ਅਭੀ ਰੁੱਕ ਕੇ ਹਮ ਬਾਤਚੀਤ ਕਰੇਂਗੇ ਥੋੜ੍ਹੀ ਬਹੁਤ, ਭਾਈ ਕਾ ਇੰਟਰਵਿਊ ਲੇਂਗੇ, ਕੈਨੇਡਾ ਸੇ ਆਇਆ, ਥੋੜ੍ਹੀ ਬਾਤੇਂ ਉੱਤੇ ਬਤਾਏਗਾ ਸਭਕੋ। ਜ਼ਰੂਰ ਜ਼ਰੂਰ। ਤੋ ਅਭੀ ਰੁੱਕ ਕੇ ਬਾਤਚੀਤ ਕਰਤੇ ਹਾਂ, ਅਭੀ ਥੋੜ੍ਹਾ ਡਰਾਈਵ ਕਰ ਲੈਤੇ ਹੈ, ਜਹਾਂ ਪੇ ਡੈਸਟੀਨੀ ਪੇ ਜਾਣਾ ਹੈ ਵਹਾਂ ਪੇ ਰੁੱਕ ਕੇ ਖਾਏਂਗੇ, ਸਾਥ ਮੇਂ ਸਾਥ ਮੇਂ ਬਾਤੇਂ ਕਰੇਂਗੇ। ਬਿਲਕੁਲ। ਖਾ ਪੀ ਲਿਆ ਥੋੜਾ, ਉਹ ਕਹਤੇ ਨਾ ਕਿ ਹੌਸਲਾ ਹੋਇਆ ਤਾਂ ਦੱਸੀ ਨਾ ਕਿਸੇ ਨੂੰ। ਸੋ ਗਾਈਜ਼, ਹਾਂਜੀ ਹਾਂਜੀ ਭਾਈ, ਕਿੱਦਾਂ ਕੈਨੇਡਾ ਵੱਲੋਂ? ਬਹੁਤ ਵਧੀਆ ਬਹੁਤ। ਸੋ ਭਾਈ, ਇਹਨਾਂ ਨੇ ਪੂਰਾ ਆਪਣਾ ਨਾ ਲੋਕਡਾਊਨ ਆਪਣਾ ਕਹਾਂ ਪੇ ਕੈਨੇਡਾ ਮੇਂ ਗੁਜ਼ਾਰ ਦਿਆ। ਅਨਡਾਊਟਲੀ ਇਹ ਵਹਾਂ ਪੇ ਚਲਾ ਗਿਆ ਥਾ ਕਿ ਵਹਾਂ ਪੇ ਆਪਣੇ ਘੁੰਮਣੇ ਫਿਰਨੇ ਕੇ ਲੀਏ, ਜੋਬ ਜੂਬ ਕਰਨੇ ਕੇ ਲੀਏ, ਆਪਣਾ ਫਰਦਰ ਕਰਨੇ ਕੇ ਲੀਏ ਕਾਮ, ਆਪਣੀ ਲਾਈਫ ਕੇ ਜੋ ਗੁਜ਼ਾਰਨੇ ਇਸਨੇ ਪਲ ਪਰ, ਕਿਆ ਹੋਇਆ ਕਿ ਕਰੋਨਾ ਆ ਗਿਆ, ਵਹਾਂ ਪੇ ਇਸਨੇ ਜੋਬ ਕੀ, ਆਪਣਾ ਦੇਖਾ ਕਿ ਕਿਆ ਕਰਨਾ ਹੈ। ਸੋ ਬਤਾਓ ਕੀ ਕੀ ਕੀਤਾ ਆਪਾਂ? ਬਹੁਤ ਵਧੀਆ ਬਾਈ, ਉੱਥੇ ਲਾਈਫ ਬਹੁਤ ਵਧੀਆ ਆ, ਜਿੱਦਾਂ ਤੁਹਾਨੂੰ ਪਤਾ ਹੀ ਆ, ਉੱਧਰ ਲਾਈਫ ਸਟਾਈਲ ਬਹੁਤ ਅਲੱਗ ਆ ਇੰਡੀਆ ਤੋਂ, ਅਤੇ ਉੱਥੇ ਕੰਮ ਕਰਨ ਨੂੰ ਵੀ ਬੰਦੇ ਨੂੰ ਸਟਰਗਲ ਕਰਨੀ ਪੈਂਦੀ ਹੈ, ਅਗਰ ਤੁਸੀਂ ਸੈੱਟ ਹੋਣਾ ਆ ਤਾਂ ਤੁਹਾਨੂੰ ਬਹੁਤ ਸਾਲ, ਬਿਲਕੁਲ ਬਿਲਕੁਲ 3-4 ਸਾਲ ਲੱਗ ਜਾਂਦੇ ਆ, ਅਲੱਗ ਅਲੱਗ ਤੁਹਾਨੂੰ ਪੌੜੀਆਂ ਚੜ੍ਹਨੀਆਂ ਪੈਂਦੀਆਂ, ਕਿਸੇ
ਹਰ ਇੱਕ ਬੰਦੇ ਨਾਲ ਤੁਹਾਨੂੰ ਮਿਲਣਾ ਪੈਂਦਾ ਆ, ਤੁਹਾਨੂੰ ਲਾਈਫ ਦਾ ਐਕਸਪੀਰੀਅੰਸ ਹੋ ਜਾਂਦਾ, ਤੁਸੀਂ ਕਿਹਦੇ ਨਾਲ ਮਿਲਣਾ, ਕਿਹਦੇ ਨਾਲ ਕਿੱਦਾਂ ਤੁਸੀਂ ਅੰਡਰਸਟੈਂਡ ਕਰਨੀ ਹੈ ਨਾ, ਰਾਈਟ? ਅਲੱਗ ਅਲੱਗ ਰਿਲੀਜਨ ਦੇ ਪਰਸਨ ਨਾਲ, ਹਰ ਉੱਥੇ ਰਿਲੀਜਨ ਦੇ ਬੰਦੇ ਆ, ਹਰ ਰਿਲੀਜਨ ਦੇ, ਏਦਾਂ ਨਹੀਂ ਕਿ ਆਪਾਂ ਹਿੰਦੂ ਹਾਂ ਤਾਂ ਆਪਾਂ ਹਿੰਦੂਆਂ ਦੇ ਆ, ਉੱਥੇ ਜਨਰਲ ਵੀ ਆ, ਮੁਸਲਮਾਨ ਵੀ ਆ, ਮਤਲਬ ਹਰ ਟਾਈਪ ਦੇ ਸਾਰੇ, ਬਟ ਸਾਰੇ ਇੰਨੇ ਪ੍ਰੇਮ ਨਾਲ, ਇੰਨੇ ਸਤਿਕਾਰ ਨਾਲ ਮਿਲਦੇ ਆ, ਕੋਈ ਗੱਲ ਨਹੀਂ ਹੈਗੀ, ਸਰਦਾਰ ਬੰਦੇ ਆ, ਮੁਸਲਮਾਨ ਬੰਦੇ, ਪਰ ਹਰ ਕੋਈ ਆਪਣੇ ਨਾਲ ਪ੍ਰੇਮ ਨਾਲ ਮਿਲਦਾ, ਇਸ ਕਰਕੇ ਆਪਾਂ, ਅਸੀਂ ਵੀ ਸਾਰਿਆਂ ਨਾਲ ਪ੍ਰੇਮ ਨਾਲ ਮਿਲਦੇ ਹਾਂ ਉੱਥੇ, ਇੱਦਾਂ ਆ ਕਿ ਤੁਸੀਂ ਸਵੇਰੇ ਕੰਮ 'ਤੇ ਜਾਣਾ, ਵੀਕਐਂਡ 'ਤੇ ਬਸ ਇੰਜੋਏ ਆ, ਬਾਕੀ ਸਾਰਾ ਦਿਨ ਭਾਅ ਜੀ ਕੰਮ ਆ ਉੱਥੇ, ਸ਼ਿਫਟਾਂ ਹੀ ਲਾਉਣੀਆਂ ਆਪਾਂ ਸਵੇਰ ਤੋਂ ਸ਼ਾਮ ਤੱਕ, ਬਿਲਕੁਲ ਇਹ ਤਾਂ ਹੈ ਬਾਈ, ਸ਼ਿਫਟਾਂ ਤਾਂ ਹੈਗੀਆਂ ਆ, ਜਦੋਂ ਬੰਦਾ ਕੈਨੇਡਾ ਚਲੇਗਾ ਫਿਰ ਬੰਦਾ ਕੀ ਸੋਚਦਾ, ਫਿਰ ਤਾਂ ਬੰਦੇ ਨੇ ਮਿਹਨਤ ਹੀ ਕਰਨੀ ਆ ਕਿ ਬੰਦੇ ਨੇ ਆਪਣੇ ਅਗਲੇ ਲਾਈਫ ਦਾ ਗੋਲ ਸੋਚਣਾ ਆ, ਜਦੋਂ ਬੰਦਾ ਗੋਲ ਸੋਚਣ ਲੱਗ ਪੈਂਦਾ ਫਿਰ ਤਾਂ ਭਾਅ ਜੀ ਕੰਮ ਕਰਨਾ ਪੈਣਾ ਆ। ਭਾਈ ਜੀ ਮੈਂ ਕਿਹਾ ਕੁਛ ਬਾਤੇਂ ਭਾਈ ਸੇ ਬੋਲੂੰ, ਕਿਉਂਕਿ ਹਮ ਬਚਪਨ ਕੇ ਦੋਸਤ ਹੈ, ਮਿਲਤੇ ਜੁਲਤੇ ਹੈ ਬਹੁਤ ਟਾਈਮ ਕੇ ਬਾਅਦ, ਮੈਂ ਕਿਹਾ ਅਬ ਤੂੰ ਆਇਆ ਤੋ ਮੇਰੇ ਸੇ ਮਿਲ, ਹਮ ਘੁੰਮਦੇ ਹਾਂ, ਖਾਏ ਪੀਏ, ਆਰਾਮ ਸੇ ਚਿਲ ਕਰੇ, ਔਰ ਹਮ, ਮੈਂ ਕਿਹਾ ਥੋੜ੍ਹੀ ਵਲੋਗ ਮੇਂ ਵੀ ਟਿੱਪਣੀ ਕਰੂੰ, ਯਾਦਗਾਰ ਸੀਨ ਰਹੇ, ਕਿਉਂਕਿ ਯੂਟਿਊਬ 'ਤੇ ਡਲ ਜੇ, ਸਹੀ ਗੱਲ ਹੈ, ਬੰਦਾ ਦੇਖ ਸਕਦਾ ਕਿ ਕਿਆ ਹੋ ਸਕਦਾ, ਕਿਉਂਕਿ ਮੈਂ ਥੋੜ੍ਹੀ ਹਿੰਦੀ ਪੰਜਾਬੀ ਮਿਕਸ ਹੋ ਰਹੀ ਹੈ, ਕਿਉਂਕਿ ਹਮ ਪੰਜਾਬੀ ਬੋਲਦੇ ਹਾਂ ਮੋਸਟਲੀ, ਤੋ ਇਸ ਲਈ ਥੋੜ੍ਹਾ ਐਸੇ ਟਿਊਸ਼ਨ ਵਿੱਚ ਮਿਕਸ ਹੋ ਰਹੀ ਹੈ, ਤੋ ਪਿੱਛੇ ਇੱਕ ਲੈਕਤਾ ਕਿਆ ਮਹਿੰਦੀ ਪ੍ਰੋਗਰਾਮ ਪ੍ਰੋਗਰਾਮ ਹੈ, ਤੋ ਲਾਈਟ ਇੱਕ ਤੋਂ ਅੱਛੀ ਆ ਰਹੀ ਹੈ, ਉਸ ਤੋਂ ਯਹਾਂ ਪੇ ਅੱਛੀ ਆ ਰਹੀ ਹੈ, ਤੋ ਹੋਰ ਕਿੱਦਾਂ, ਗੱਡੀ ਗੁੱਡੀ ਕੋਈ ਲਿੱਤੀ ਉੱਥੇ ਕਿ ਨਹੀਂ? ਗੱਡੀ ਬਾਈ ਲਈ ਸੀ ਉੱਥੇ, ਇੱਕ ਮਿੰਨੀ ਕੂਪਰ ਲਈ ਸੀਗੀ, ਮਿੰਨੀ ਕੂਪਰ। ਸੋ ਗਾਈਜ਼ ਮਿੰਨੀ ਕੂਪਰ ਇਜ਼ ਮੋਸਟਲੀ ਮਤਲਬ ਕਿਤੇ 25-30 ਲੱਖ ਦੀ ਇੱਥੇ ਹੋਣੀ ਆ, 25-30 ਲੈਕਸ ਕੀ ਯਹਾਂ ਪੇ ਹੋਗੀ, ਤੋ ਪਰ ਯਾਰ ਵਹਾਂ ਪੇ ਅਰਨ ਕਰਨਾ ਇੱਕ ਤੋਂ ਮੁਸ਼ਕਿਲ ਵੀ ਹੋਤਾ ਔਰ ਈਜ਼ੀ ਵੀ ਹੋਤਾ, ਕਿ ਹਮ ਅਰਨ ਕਰਕੇ ਆਪਣੀ ਗਾੜੀ ਲੈ ਵਹਾਂ ਪੇ ਘੁੰਮੇ ਫਿਰੇ, ਪਰ ਯਹਾਂ ਪੇ ਲਾਣਾ ਦੈਟਸ ਨੋਟ ਈਜ਼ੀ, ਯਹਾਂ ਪੇ ਲੈ ਕੇ ਨਹੀਂ ਆ ਸਕਤੇ, ਯਹਾਂ ਪੇ ਮਤਲਬ ਪਤਾ ਹੀ ਆਪਕੋ। ਤੋ ਗਾਈਜ਼ ਮੈਂ ਬਤਾ ਰਿਹਾ ਸੀ ਕਿ ਕਾਮ ਕੁੰਮ ਕਰਨਾ ਜ਼ਰੂਰੀ ਹੈ ਵਹਾਂ ਪੇ, ਆਪਣਾ ਲਾਈਫ ਵੀ ਇੰਜੋਏ ਕਰਨਾ ਜ਼ਰੂਰੀ ਹੈ, ਪਰ ਸਟਰਗਲ ਵੀ ਜ਼ਰੂਰੀ ਹੈ, ਕਿ ਹਮੇ ਪਤਾ ਲੱਗ ਜਾਤਾ ਕਿ ਹਮ ਕਹਾਂ ਸਟੈਂਡ ਕਰਤੇ ਹੈ, ਯਹਾਂ ਪੇ ਤੋ ਹਮ ਚਲੋ ਐਸ਼ ਕਰ ਲੈਤੇ ਹੈ ਫਾਦਰ ਕੀ ਮਨੀ ਸੇ, ਯਾ ਹਮ ਯਹਾਂ ਪੇ ਵੀ ਜੋਬ ਕਰ ਲੈਤੇ ਹੈ ਯਾ ਕਾਮ ਕਰ ਲੈਤੇ ਫਾਦਰ ਕੇ ਸਾਥ, ਪਰ ਫਿਰ ਵੀ ਇੱਕ ਚੀਜ਼ ਹੋਤੀ ਨਾ ਕਿ ਸਟਰਗਲ ਜ਼ਰੂਰੀ ਹੈ। ਤੋ ਭਾਈ ਮਤਲਬ ਆਇਆ ਥਾ ਚਲਾ ਗਿਆ ਕੈਨੇਡਾ, ਵਹਾਂ ਸੇ ਵਾਪਸ ਆਇਆ ਵਹਾਂ ਪੇ, ਮਤਲਬ ਇਤਨਾ ਟਾਈਮ ਸਪੈਂਡ ਕੀਆ ਹੈ, ਆਲਮੋਸਟ 1 ਈਅਰ ਲਗਾ ਲਓ ਆਪ ਲੋਕ, ਤੋ ਕਿਤਨੀ ਮੁਸ਼ਕਿਲ ਆਏ ਕਿੰਨੀ ਨਹੀਂ ਆਈਆਂ? ਬਿਲਕੁਲ ਇੱਥੇ ਸੀਗੇ ਜਦੋਂ ਇੰਡੀਆ ਸੀਗੇ, ਉਦੋਂ ਮਤਲਬ ਕਿ ਆਪਣੇ ਡੈਡ ਆ, ਤਾਂ ਡੈਡ ਦੇ ਨਾਲ ਬਿਜ਼ਨਸ ਵਿੱਚ ਇਨਵੋਲਵਮੈਂਟ ਲਿੱਤੀ, ਪਰ ਉੱਧਰ ਕੰਮ ਅਲੱਗ ਆ ਆਪਣੇ ਵੱਲੋਂ, ਉੱਥੇ ਚਲ ਜਾਂਦੇ ਆ, ਉੱਥੇ ਡੈਡ ਦਾ ਕੋਈ ਰੋਲ ਨਹੀਂ ਹੁੰਦਾ, ਉੱਥੇ ਖੁਦ ਬੰਦਾ ਆਪ ਹੁੰਦਾ ਆ, ਤਾਂ ਉੱਥੇ ਬੰਦੇ ਨੂੰ ਆਪ ਸਟਰਗਲ ਕਰਨੀ ਪੈਂਦੀ, ਆਪ ਕੰਮ ਕਰਨਾ ਪੈਂਦਾ, ਆਪ ਰੈਂਟ ਦੇਣਾ ਪੈਂਦਾ, ਆਪ ਸਭ ਕੁਛ ਮਤਲਬ ਸਭ ਕੁਛ ਮੇਨ ਕਰਨਾ, ਵਨ ਮੈਨ ਆਰਮੀ ਹੋ ਗਿਆ, ਹਾਂ ਇੱਦਾਂ ਵੀ ਕਹਿ ਸਕਦੇ ਹਾਂ, ਬਟ ਬੰਦੇ ਨੂੰ ਆਪ ਹੀ ਲਾਂਡਰੀ ਕਰਨੀ, ਆਪ ਹੀ ਗਰੋਸਰੀ ਕਰਨੀ ਆ, ਆਪ ਹੀ ਰੈਂਟ ਦੇਣਾ ਆ, ਆਪ ਹੀ ਸਭ ਕੁਛ ਮੈਨੇਜ ਕਰਨਾ, ਫਿਰ ਬੰਦੇ ਨੂੰ ਮਤਲਬ ਕਿ ਲਾਈਫ ਦਾ ਪਤਾ ਲੱਗਦਾ, ਜਦੋਂ ਤੱਕ ਬੰਦਾ ਇੰਡੀਆ ਰਹਿੰਦਾ ਆ ਉਦੋਂ ਤੱਕ ਬੰਦੇ ਨੂੰ ਨਹੀਂ ਪਤਾ ਲੱਗਦਾ, ਜਦੋਂ ਬੰਦਾ ਇੰਡੀਆ ਤੋਂ ਬਾਹਰ ਜਾਂਦਾ ਆ ਤਾਂ ਉੱਥੇ ਸਭ ਕੁਛ ਆਪ ਦੇਖਣਾ ਪੈਂਦਾ, ਜਦੋਂ ਕੋਈ ਤੁਹਾਡਾ ਫੈਮਿਲੀ ਮੈਂਬਰ ਨਹੀਂ ਹੈਗਾ, ਤੁਹਾਡੇ ਕੋਈ ਨਜ਼ਦੀਕੀ ਬੰਦਾ ਨਹੀਂ ਹੈਗਾ, ਉਸ ਟਾਈਮ ਬੰਦੇ ਨੂੰ ਆਪਣਾ ਪਤਾ ਲੱਗਦਾ ਕਿ ਬੰਦਾ ਕੀ ਕਰੇ, ਇੱਕ ਇਨਵਾਇਰਮੈਂਟ ਹੀ ਅਲੱਗ ਹੋ ਜਾਂਦਾ, ਇਨਵਾਇਰਮੈਂਟ ਅਲੱਗ ਹੋ ਜਾਂਦਾ, ਲਾਈਫ ਸਟਾਈਲ ਅਲੱਗ ਹੋ ਜਾਂਦਾ, ਹੁਣ ਜਿੱਦਾਂ ਆਪਾਂ ਗੱਡੀਆਂ 'ਚ ਘੁੰਮ ਰਹੇ ਹਾਂ, ਇੱਥੇ ਪੌਪਕੋਰਨ ਖਾ ਰਹੇ ਹਾਂ, ਚਿਕਨ ਪੌਪਕੋਰਨ, ਉੱਥੇ ਲਾਈਫ ਹੈਗੀ ਆ ਪਰ ਵੀਕਐਂਡ 'ਚ ਹੈਗੀ ਆ, ਚਿਕਨ ਪੌਪਕੋਰਨ ਆਹ ਖਾਂਦਾ ਪਿਆ, ਮੈਂ ਨਹੀਂ ਖਾਂਦਾ ਨਾ, ਮੈਂ ਵੈਜੀਟੇਰੀਅਨ ਹਾਂ, ਸੋ ਇਹ ਵੀ ਗੱਲ ਹੈ, ਬਟ ਜਦੋਂ ਬੰਦਾ ਇੱਕ ਅਲੱਗ ਇਨਵਾਇਰਮੈਂਟ ਚੱਲ ਜਾਂਦਾ, ਅਲੱਗ ਦੁਨੀਆਂ 'ਚ ਚੱਲ ਜਾਂਦਾ, ਫਿਰ ਬੰਦੇ ਨੂੰ ਆਪਣੀ ਵੈਲਿਊ ਪਤਾ ਲੱਗਦੀ ਕਿ ਤੂੰ ਕਿੰਨੇ ਕੁ ਜੋਗਾ ਆ, ਰਾਈਟ? ਸੋ ਗਾਈਜ਼ ਬਾਹਰ ਆ ਕੇ ਦੇ, ਮੈਂ ਕਿਹਾ ਤਾਂ PPR ਹੈ ਥੋੜ੍ਹਾ, ਮੈਂ ਕਿਹਾ ਥੋੜ੍ਹਾ ਹਵਾ ਲੈ ਲਏ, ਤੇ ਬਾਹਰ ਦਾ ਇਨਵਾਇਰਮੈਂਟ ਠੰਡ ਹੋ ਚੁੱਕੀ ਥੋੜ੍ਹੀ ਬਹੁਤ, ਕਿੰਨੀ ਠੰਡ ਹੈਗੀ ਕਿ ਨਹੀਂ? ਬਿਲਕੁਲ ਬਾਈ, ਬਹੁਤ ਠੰਡ, ਕੈਨੇਡਾ ਹੈਗੀ ਕਿ ਇੱਥੇ ਹੈਗੀ ਹੈ? ਨਹੀਂ ਇੱਥੇ ਜ਼ਿਆਦਾ ਹੈ, ਇੱਥੇ ਜ਼ਿਆਦਾ, ਕਿਉਂਕਿ ਹਾਲੇ ਮੌਸਮ ਚੇਂਜ ਹੋ ਗਿਆ, ਕੈਨੇਡਾ ਜ਼ਿਆਦਾ ਪਊਗੀ, ਦੇਖ ਸਕਦੇ ਹੋ, ਕਿਉਂਕਿ ਮੈਂ ਕਿਹਾ ਸ਼ੋਪ PPR ਅਭੀ ਜ਼ਿਆਦਾ ਖੁੱਲੀ ਨਹੀਂ ਹੈ, ਥੋੜ੍ਹੀ ਕਮ ਰਹੇਗੀ, ਜ਼ਿਆਦਾ ਰਹੇਗੀ ਲੋਕਡਾਊਨ ਦੇ ਕਰਕੇ, ਲੋਕਡਾਊਨ ਕਰਕੇ ਥੋੜ੍ਹਾ ਸੇਫਟੀ ਵੀ ਲੋਕ ਕਰ ਰਹੇ ਹੈ, ਅਭੀ ਮੈਂ ਬਾਹਰ ਹੋਰ ਡਰਾਈਵ ਸੇ ਮੰਗਾਇਆ, ਤੋ ਉਸਨੇ ਮੈਨਿਊ ਜੋ ਹੋਤਾ ਹੈ ਉਸਨੇ ਦੀਆ ਨਹੀਂ ਅੰਦਰ, ਆਗੇ ਦੇ ਦਿੱਤਾ ਥਾ, ਪਰ ਕੋਈ ਬਾਤ ਨਹੀਂ, ਹਮਨੇ ਐਸੇ ਹੀ ਔਡਰ ਕਰ ਦਿਆ। ਤੋ ਯਾਰ ਦੇਖੋ ਇਨਵਾਇਰਮੈਂਟ ਪੂਰਾ ਅੱਛੇ ਸੇ ਕਹਿਤੇ ਹੈ ਨਾ ਕਿ PPR ਵੈਸੇ ਵੀ ਬੈਸਟ ਹੈ ਲੋਕੇਸ਼ਨ ਕੇ ਲੀਏ, ਪਰ ਅਭੀ ਖਾਤੇ ਹੈ ਫਿਰ ਆਪਕੋ ਦਿਖਾਤੇ ਹੈ ਸਾਥ ਸਾਥ ਮੈਂ ਵੀ, ਪਹਿਲੇ ਕੁਛ ਦਿਖਾਇਆ ਨਹੀਂ ਹਮਨੇ ਕਿ ਕਿਆ ਖਾਇਆ, ਪੌਪਕੋਰਨ ਹਮ ਖਾ ਚੁੱਕੇ ਦੋ ਤਿੰਨ ਡੱਬੇ, ਪਰ ਕੋਈ ਬਾਤ ਨਹੀਂ, ਸਾਥ ਸਾਥ ਮੈਂ ਬਤਾਤੇ ਰਹੇ, ਕੋਈ ਚੱਕਰ ਹੀ ਨਹੀਂ ਹੈ। ਹੋਰ ਸੁਣਾ ਕਿੱਦਾਂ ਫਿਰ ਹੈ? ਤੋ ਜ਼ਿਆਦਾ ਸ਼ਾਏ ਫੀਲ ਕਰ ਰਿਹਾ, ਮੈਨੇ ਪਹਿਲੇ ਕਿਹਾ ਕਿ ਕੈਮਰਾ ਸਟਾਰਟ ਹੋ ਲੈਗਾ, ਥੋੜ੍ਹੀ ਬਾਤੇਂ ਕਰਨੀ ਹੈ ਹਮਨੇ, ਕਹਿੰਦਾ ਕੋਈ ਬਾਤ ਨਹੀਂ ਕਰ ਲੈਂਗੇ ਦੇਖ ਲੈਂਗੇ। ਤੋ ਇਹ ਖੜੀ ਆਪਣੀ ਕਾਰ ਬੀਚ ਮੇਂ ਰੋਡ ਕੇ, ਇਸਨੇ ਸਾਈਡ ਪੇ ਲਗਾ ਲਈ ਹੈ, ਇਹ ਪਾਰਕਿੰਗ ਫੁੱਲ ਤੀ ਵੈਸੇ ਵੀ, ਤੋ ਬਸ ਠੀਕ ਹੈ ਇਤਨੀ। ਬਰਫ਼ ਕਦੋਂ ਪੈਂਦੀ ਯਾਰ ਕੈਨੇਡਾ? ਨਵੰਬਰ ਸਮਝ, ਨਹੀਂ ਅਕਤੂਬਰ 'ਚ ਸਟਾਰਟ ਹੋ ਜਾਂਦੀ ਆ, ਪੈਂਦੀ ਸਟਾਰਟ ਹੋ ਗਈ ਹੁਣ, ਅਕਤੂਬਰ ਬਸ ਹੁਣ ਸਟਾਰਟ ਹੋ ਗਈ, ਹੁਣ ਜਿੱਦਾਂ ਟੋਰਾਂਟੋ ਮੌਂਟਰੀਅਲ 'ਚ ਸਟਾਰਟ ਹੋ ਗਈ ਆ, ਟੋਰਾਂਟੋ ਮੌਂਟਰੀਅਲ 'ਚ ਸਟਾਰਟ ਹੋ ਗਈ, ਜੇ ਆਪਾਂ ਕਹੀਏ ਸਰੀ 'ਚ ਕਦੋਂ ਪੈਣੀ ਆ, ਸਰੀ 'ਚ ਜਨਵਰੀ ਫਰਵਰੀ। ਤੋ ਬਾਈ ਕਿੱਧਰ ਰਹਿੰਦਾ ਸੀ? ਸਰੀ 'ਚ ਰਹਿੰਦਾ ਸੀ, ਸਰੀ 'ਚ ਸੀਗਾ, ਟੋਰਾਂਟੋ